ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਮੈਂ ਬਿੱਟੂ ਨਜਾਮਪੁਰ ਸਵਾਗਤ ਕਰਦੇ ਹਾਂ ਅੱਜ ਦੀ ਨਿਊ ਵੀਡੀਓ ਵਿੱਚ ਅੱਜ ਆਪਾਂ ਤੁਹਾਨੂੰ ਜਿਸ ਬਾਈ ਜੀ ਨੂੰ ਮਿਲਾਉਣ ਜਾ ਰਹੇ ਹਾਂ ਉਹਨਾਂ ਨੇ ਆਪਣਾ ਪਰਾਲੀ ਦਾ ਇਕੱਠੀ ਕਰਨ ਦਾ ਕਿਉਂਕਿ ਇਸ ਵਾਰ ਅੱਗ ਵੀ ਨਹੀਂ ਲਾਉਣ ਦਿੱਤੀ ਜਾਂਦੀ ਬਹੁਤ ਪ੍ਰਦੂਸ਼ਣ ਫੈਲਦਾ ਉਹ ਇਕੱਠੀ ਕਰਦੇ ਆ ਗੱਠਾਂ ਬਣਾਉਂਦੇ ਆ ਉਹਨਾਂ ਵੀਰ ਉਹਨਾਂ ਤੋਂ ਆਪਾਂ ਜਾਣਕਾਰੀ ਲਵਾਂਗੇ ਵੀ ਕਿੱਦਾਂ ਕਿੱਦਾਂ ਸਾਰਾ ਸੈਟਅਪ ਆਉਂਦਾ ਕਿੰਨਾ ਖਰਚਾ ਆਉਂਦਾ ਫੁੱਲ ਰਿਵਿਊ ਲਵਾਂਗੇ ਆਪਾਂ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਾਉਂਦੇ ਤੁਹਾਡੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਜੀ ਜਿਹੜਾ ਤੁਹਾਡਾ ਪ੍ਰੋਜੈਕਟ ਆ ਤੁਸੀਂ ਕਿੰਨਾ ਚਿਰ ਤੋਂ ਕੰਮ ਕਰ ਰਹੇ ਹੋ ਇਹ ਬਾਈ ਇਸ ਦਾ ਨਵਾਂ ਹੀ ਐਤਕੀ ਸਟਾਰਟ ਕਰਿਆ ਠੀਕ ਆ ਜੀ ਅਸੀਂ ਪਹਿਲਾਂ ਇੱਕ ਬੇਲਰ ਲੈਣਾ ਸੀਗਾ ਚਲੋ ਬੰਦੇ ਵਧੀਆ ਮਿਲ ਜਾਂਦੇ ਨੇ ਗਾਹਾਂ ਉਰੇ ਆਪਣੇ ਜਿਹੜੇ ਜਿਵੇਂ ਖੇਤੀਬਾੜੀ ਦਫ਼ਤਰ ਵਾਲੇ ਨੇ ਹਾਂਜੀ ਹਾਂਜੀ ਉਹਨਾਂ ਨੇ ਸਾਨੂੰ ਦਿੱਤੀ ਵੀ ਤੁਸੀਂ ਜਦੋਂ ਕੰਮ ਕਰਨੇ ਲੱਗੇ ਹੋ ਤਾਂ ਥੋੜਾ ਜਿਹਾ ਵਧੀਆ ਤਰੀਕੇ ਨਾਲ ਕਰ ਲਓ ਕੁਛ ਆਪਣੇ ਨਾਲ ਮਿੱਤਰ ਯਾਰ ਦੋਸਤ ਜੁੜੇ ਹੋਏ ਨੇ ਜਿਹੜੇ ਠੀਕ ਆ ਜੀ ਠੀਕ ਆ ਜਿਨ੍ਹਾਂ ਜਿਹੜੇ ਮੁੰਡੇ ਵਿਹਲੇ ਸੀ ਉਹਨਾਂ ਨੂੰ ਨਾਲ ਲਾਇਆ ਕੰਮ ਕਰਨ ਹਾਂਜੀ ਹਾਂਜੀ ਤੇ ਐਤਕੀ ਮੈਂ 3 ਬੇਲਰ ਲੈ ਕੇ ਆਇਆ ਠੀਕ ਆ 2 ਮੇਰੇ ਕੋਲ ਚਕੋਰੀਆ ਦੇ ਨੇ ਇੱਕ ਹਾਲੈਂਡ ਦਾ ਅੱਛਾ ਅੱਛਾ ਤੇ ਇਹ ਗੱਠਾਂ ਹੁਣ ਛੋਟੀ ਗੱਠ ਬੰਨਦੇ ਅਸੀਂ ਬੜੀ ਮਤਲਬ ਬੜੀਆਂ ਮਸ਼ੀਨਾਂ ਤਾਂ ਲਈਆਂ ਨਹੀਂ ਉਹ ਫਿਰ ਗੱਠ ਵਿਕਣ ਚ ਪ੍ਰੋਬਲਮ ਆਉਂਦੀ ਆ ਜਿਹੜੀ ਛੋਟੀ ਆ ਉਹ ਵਧੀਆ ਵਿਕਦੀ ਆ ਇਹ ਤਾਂ ਵਧੀਆ ਕੰਮ ਕਰਿਆ ਜੀ ਤੁਸੀਂ ਜਿਹੜੇ ਬੇਲੀ ਮੁੰਡੇ ਵੀ ਫਿਰਦੇ ਸੀ ਆਪਣੇ ਨਾਲ ਕੰਮ ਲਾ ਲੇ ਕੰਮ ਮਿਲਦਾ ਬਿਲਕੁਲ ਤੇ ਨਾਲੇ ਆਪਣਾ ਪਰਾਲੀ ਦੀ ਧੂਆਂ ਹੁੰਦਾ ਜੋ ਪ੍ਰਦੂਸ਼ਣ ਹੁੰਦਾ ਬਿਲਕੁਲ ਜੀ ਉਹਦੇ ਲਈ ਪ੍ਰੋਬਲਮ ਆਉਂਦੀ ਆ ਤੇ ਬਾਈ ਜੀ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਸਬਸਿਡੀ ਮਿਲਦੀ ਆ ਇਹਨਾਂ ਦੇ ਆਪਾਂ ਨੂੰ ਇਹ ਸਬਸਿਡੀ ਐਂਦਾ ਜੀ ਮਤਲਬ ਜਿਹਨੇ ਤਾਂ ਪਹਿਲਾਂ ਭਰੀ ਆ ਹਾਂਜੀ ਉਹਨੂੰ ਮਤਲਬ ਜਿਵੇਂ ਹੁਣ ਅਸੀਂ ਪਹਿਲਾਂ ਭਰਤੀ ਸੀਗੀ ਸਾਨੂੰ 2 ਦੀ ਤਾਂ ਮਿਲ ਗਈ ਆ ਠੀਕ ਆ ਜੀ ਜਿੱਦਾਂ ਅਸੀਂ ਹੁਣ ਜਿਹਨੇ ਗਰੁੱਪ ਬਣਾ ਕੇ ਜਿਵੇਂ ਉਹਨਾਂ ਨੇ ਗਰੁੱਪ ਕਿਹਾ ਸੀਗਾ ਸਾਡੇ 2 ਤਾਂ ਨਹੀਂ ਬਣਿਆ ਪਰ ਅਸੀਂ ਫਿਰ ਵੀ ਅਲੱਗ-ਅਲੱਗ ਪਿੰਡਾਂ 'ਚ ਜਿਵੇਂ 4-5 ਪਿੰਡਾਂ ਦੇ ਅਸੀਂ ਇਕੱਠੇ ਹੋ ਕੇ ਕੰਮ ਕਰ ਰਹੇ ਹਾਂ ਠੀਕ ਆ ਜੀ ਤੇ ਉਹਨਾਂ ਦੇ ਨਾਂ ਤੇ ਅਲੱਗ-ਅਲੱਗ ਅਸੀਂ ਸਟਾਰਟ ਕਰਿਆ ਸੀਗਾ ਤੇ ਜਿਵੇਂ ਅਲੱਗ-ਅਲੱਗ ਪਿੰਡਾਂ 'ਚੋਂ ਸਾਨੂੰ ਇੱਕ-ਇੱਕ ਮਿਲ ਗਈ ਸਬਸਿਡੀ ਜਿਹਦੇ ਨਾਲ ਵੀ ਨਾਲ ਬੰਦੇ ਕੰਮ ਕਰਦੇ ਨੇ ਹਾਂਜੀ ਹਾਂਜੀ ਤੇ ਉਹ 1-2 ਦੀ ਸਬਸਿਡੀ ਸਾਨੂੰ ਆ ਗਈ 1 ਦੀ ਇਕੱਲੇ ਦੀ ਰੈਕ ਦੀ ਆਈ ਆ ਜਿਹੜਾ ਲੈਨਰ ਆ ਇਹ ਠੀਕ ਆ ਜੀ ਇਹਦੀ ਆਈ ਆ ਤੇ ਉਹ ਜੇ ਮਤਲਬ ਅਸੀਂ ਮਿਲੇ ਵੀ ਸੀਗੇ ਆਪਣੇ ਚੰਡੀਗੜ੍ਹ ਜਾ ਕੇ ਹਾਂਜੀ ਤੇ ਉਹ ਕਹਿੰਦੇ ਕੋਈ ਨਹੀਂ ਹੁਣ ਵੀ ਨਿਕਲ ਰਹੀਆਂ ਨੇ ਜੇ ਜਾਨੀ ਸਬਸਿਡੀ ਆ ਜਾਵੇ ਤਾਂ ਆਸਾਨੀ ਹੋ ਜਾਂਦੀ ਹੈ ਕੰਮ ਕਰਨ 'ਚ ਕਿਉਂਕਿ ਮਸ਼ੀਨਾਂ ਮਹਿੰਗੀਆਂ ਨੇ ਸਮਾਨ ਨਾਲ ਕਾਫੀ ਖਰੀਦਣਾ ਪੈਂਦਾ ਜਿਵੇਂ ਹੁਣ 3 ਮਸ਼ੀਨਾਂ ਵਾਸਤੇ ਮੰਨ ਲਓ ਪਹਿਲਾਂ ਤਾਂ 6 ਟਰੈਕਟਰ ਹੋ ਗਏ ਠੀਕ ਆ ਜੀ ਆਪਣੇ ਇੱਕ ਰੈਕ ਦੇ ਲੈਨਰ ਤੇ ਚੱਲਦਾ ਇੱਕ ਬੇਲਰ ਤੇ ਇਦਾਂ ਹੀ 3 ਆਪਣੇ ਕੋਲੇ ਲੈਨਰ ਨੇ 3 ਬੇਲਰ ਨੇ ਠੀਕ ਆ ਜੀ 6 ਟਰੈਕਟਰ ਹੋ ਗਏ ਉਹਨਾਂ ਦੇ ਨਾਲ 6 ਟਰੈਕਟਰ ਤਾਂ ਇਹਨਾਂ ਨਾਲੇ ਚਾਹੀਦੇ ਨੇ ਫਿਰ 1 ਮਸ਼ੀਨ ਨਾਲ 4 ਟਰਾਲੇ ਚਾਹੀਦੇ ਨੇ ਠੀਕ ਆ ਜੀ ਕਿਉਂਕਿ ਨਾਲੇ ਇਹ ਤਾਂ ਅਸੀਂ ਵੱਧ ਰੱਖਦੇ ਆ ਵੀ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ 2 ਦਿਨਾਂ ਦੇ ਵਿੱਚ ਉਹਨੇ 3 ਦਿਨਾਂ 'ਚ ਮੰਨ ਲਓ ਪਰਾਲੀ ਖੇਤ 'ਚੋਂ ਖੇਤ ਸਾਫ਼ ਹੋ ਜਾਵੇ ਕਿਉਂਕਿ ਅੱਜ ਕੱਲ੍ਹ ਹਰੇਕ ਨੂੰ ਜਲਦੀ ਹੁੰਦੀ ਆ ਆਲੂਆਂ ਦੀ ਉਹਦੇ ਕਰਕੇ ਉਹ ਅੱਗ ਲਾਉਂਦੇ ਨੇ ਜੇ ਉਹਨਾਂ ਦੀ ਇਹ ਮੰਨ ਲਓ ਸੋਲੂਸ਼ਨ ਆਪਣੇ ਕੋਲੇ ਚੱਕਣ ਦਾ ਆਪਾਂ ਉਰੇ ਆਲੇ ਵਾਲੇ 5-6 ਪਿੰਡ ਸਾਂਭੇ ਹੋਏ ਨੇ ਠੀਕ ਆ ਜੀ ਕਿਸੇ ਨੂੰ ਅੱਗ ਲਾਉਣ ਨੂੰ ਅਸੀਂ ਸਾਰਿਆਂ ਨੂੰ ਰੋਕਦੇ ਆ ਵੀ ਤੁਸੀਂ ਤੁਹਾਨੂੰ 2-3 ਦਿਨ ਦਾ ਟਾਈਮ ਦਵੋ ਅਸੀਂ ਗੱਠਾਂ ਬਣਾ ਕੇ ਆਪ ਲੈ ਕੇ ਜਾਵਾਂਗੇ ਕੋਈ ਕੋਈ ਚਾਰਜ ਨਹੀਂ ਕਰਦੇ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਹਾਂਜੀ ਬਾਈ ਜੀ ਇਹਦਾ ਆਪਾਂ ਜਦੋਂ ਗੱਠਾਂ ਬਣਾਉਂਦੇ ਆ ਹਾਂਜੀ ਇਹ ਆਪਣਾ ਕਿਸੇ ਕੰਪਨੀ ਨਾਲ ਕੰਟੈਕਟ ਕਰਿਆ ਵੀ ਉੱਥੇ ਪੱਕੀਆਂ ਜਾਂਦੀਆਂ ਨੇ ਜੀ ਜੀ ਕੋਈ ਬੇਲਣ ਵੇਚਣ ਦੇ ਵਿੱਚ ਮੰਨ ਲਾ ਨਹੀਂ ਨਹੀਂ ਸਮੱਸਿਆ ਤਾਂ ਨਹੀਂ ਆਉਂਦੀ ਕੋਈ ਸਮੱਸਿਆ ਨਹੀਂ ਹੈਗੀ ਜੀ ਅੱਜ ਕੱਲ ਤਾਂ ਜਿਵੇਂ ਸਰਕਾਰ ਨੇ ਬਹੁਤ ਵਧੀਆ ਪ੍ਰੋਜੈਕਟ ਲਾਤੇ ਬਾਇਓ ਗੈਸ ਬਣਨ ਲੱਗੀ ਹੈ ਹਾਂਜੀ ਤੇ ਉਹ ਅਲੱਗ-ਅਲੱਗ ਮੰਨ ਲਓ ਜਿਵੇਂ ਲਾ ਲਓ ਪੈਲ ਆ ਹਾਂਜੀ ਆਪਣੇ ਬੀਜਾ ਤੇ ਖੰਨਾ ਠੀਕ ਆ ਜੀ ਬਹੁਤ ਇੰਡਸਟਰੀ ਆ ਜਿਹਦੇ ਵਿੱਚ ਮਤਲਬ ਇਹ ਪਰਾਲੀ ਵਿਕਣ ਲੱਗੀ ਹਾਂਜੀ ਹਾਂਜੀ ਹੁਣ ਤਾਂ ਅੱਜ ਕੱਲ ਦਾ ਕੋਈ ਦਿੱਕਤ ਨਹੀਂ ਹੈਗੀ ਇਹਨੂੰ ਨਗਦ ਪੈਸੇ ਦਿੰਦੇ ਨੇ ਜਾਂ ਤੁਸੀਂ ਟਰਾਲਾ ਲਾਓ ਨਾਲ ਦੀ ਨਾਲ ਪੈਸੇ ਠੀਕ ਹੈ ਯਾਨੀ ਇੱਕ ਆਪਣਾ ਮੰਨ ਲਓ ਰੈਕ ਕੀ ਕਹਿੰਦੇ ਕੀ ਨਾਮ ਲੈਂਦੇ ਲਾਈਨਰ ਦੇ ਨਾਲ ਇੱਕ ਬੇਲਣ ਮੰਨ ਲਓ ਕਿੰਨਾ ਟਰਾਲੀਆਂ ਕਿੰਨੀਆਂ ਇਹਦੇ ਨਾਲ 4 ਟਰਾਲੀਆਂ ਜੀ 4 ਟਰਾਲੀਆਂ 4 ਟਰਾਲੀਆਂ 6 ਟਰੈਕਟਰ ਚਾਹੀਦੇ ਨੇ ਇੱਕ ਮਸ਼ੀਨ ਵਾਸਤੇ ਹਾਂਜੀ ਹਾਂ 6 ਟਰੈਕਟਰ 6 ਟਰੈਕਟਰ ਚਾਹੀਦੇ ਨੇ ਜੀ ਫੇ ਤਾਂ ਖਰਚਾ ਵੀ ਬਾਜੀ ਬਹੁਤ ਆਇਆ ਹੋਊਗਾ ਖਰਚਾ ਇੱਕ ਮਸ਼ੀਨ ਨੂੰ ਚਾਲੂ ਕਰਨ ਵਾਸਤੇ 42 ਲੱਖ ਰੁਪਏ ਆਉਂਦਾ ਜੀ 42 ਲੱਖ ਰੁਪਏ ਜੇ ਆਪਾਂ ਮੰਨ ਲਓ ਸਾਰਾ ਸਮਾਨ ਆਪਦਾ ਲੈਣੇ ਆ ਹਾਂਜੀ ਹਾਂਜੀ ਇਹਦੇ ਵਿੱਚੋਂ 7 ਲੱਖ ਰੁਪਏ ਸਾਨੂੰ ਸਬਸਿਡੀ ਆਉਣੀ ਆ ਅਜੇ ਆਈ ਤਾਂ ਹੈ ਨਹੀਂ ਮਤਲਬ ਹਜੇ ਦੇਖੋ ਹਾਂਜੀ ਉਹ ਤਾਂ ਹੌਲੀ ਹੌਲੀ ਆਉਂਦੀਆਂ ਹੁੰਦੀਆਂ ਹਾਂਜੀ ਥੋੜਾ ਟਾਈਮ ਆ ਲੇਕਿਨ ਪਾਸ ਹੋ ਗਈ ਆ ਠੀਕ ਆ ਜੀ ਹੁਣ ਦੇਖੋ ਕਿਹ ਦਿਨਾਂ ਦੇ ਵਿੱਚ ਆਉਂਦੀ ਆ ਇਹਨੂੰ ਬਾਈ ਜੀ ਆਪਣਾ ਕਿੰਨੇ ਪਾਵਰ ਦਾ ਟਰੈਕਟਰ ਚਾਹੀਦਾ ਮੰਨ ਲਾ ਟਰੈਕਟਰ ਇਹਨੂੰ 35 ਤੋਂ 40 ਪਾਵਰ 45 ਪਾਵਰ ਵੀ ਚਲਾਈ ਜਾਂਦਾ ਕੋਈ ਇਸ਼ੂ ਨਹੀਂ ਹੈਗਾ ਜਿਹੜੇ ਸਾਡੇ ਕੋਲ ਰੈਕ ਨੇ ਇਹਨਾਂ ਨੂੰ ਟਰੈਕਟਰ ਛੋਟੇ ਵੀ ਚਲਾਈ ਜਾਂਦੇ ਨੇ ਠੀਕ ਆ ਜੀ ਮਤਲਬ ਟਰੈਕਟਰ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੂੰ ਬੜਾ ਹੀ ਚਾਹੀਦਾ 50 ਪਾਵਰ ਦੇ ਆਮ ਨਾਰਮਲ ਟਰੈਕਟਰ 855 ਹੋ ਗਿਆ ਜੂਬੋ ਹੋ ਗਿਆ ਜੂਬੋ ਬਹੁਤ ਬੈਸਟ ਚੱਲ ਰਿਹਾ ਮਹਿੰਦਰਾ ਵਾਲਿਆਂ ਦਾ ਹਾਂ ਮਹਿੰਦਰਾ ਵਾਲਿਆਂ ਦਾ ਸੀ ਕਿਉਂ ਨਾ ਜੂਬੋ ਮੈਂ 5 ਟਰੈਕਟਰ ਨਵੇਂ ਜੂਬੋ ਲਏ ਨੇ ਠੀਕ ਆ ਜੀ ਉਹਦੀ ਪ੍ਰੋਬਲਮ ਕੋਈ ਨਹੀਂ ਸਾਨੂੰ ਬਹੁਤ ਵਧੀਆ ਮਤਲਬ ਆਪਣੇ ਮਾਗੜ ਵੀਰ ਹੋਣੀ ਨੇ ਖੰਨੇ ਤੋਂ ਹਾਂਜੀ ਉਹਨਾਂ ਨੇ ਜੇ ਕੋਈ ਦਿੱਕਤ ਵੀ ਆਉਂਦੀ ਹੈ ਤਾਂ ਉੱਥੇ ਟਾਈਮ ਤੇ ਸਾਡੀ ਹੱਲ ਕਰਕੇ ਦਿੰਦੇ ਨੇ ਠੀਕ ਆ ਜੀ ਵਧੀਆ ਗੱਲ ਹੈ ਮਤਲਬ ਪਰਫੈਕਟ ਇਹਦੇ ਵਾਸਤੇ ਹੀ ਆ ਉਹ ਠੀਕ ਆ ਜੀ ਮਤਲਬ ਮਸ਼ੀਨਾਂ ਵਾਸਤੇ ਟਰਾਲੀਆਂ ਵਾਸਤੇ ਬੈਸਟ ਆ ਸਾਰੇ ਨਾਲ ਮਹਿੰਦਰਾ 575 ਜੀ 575 ਹਾਂਜੀ ਅਸੀਂ ਗਏ ਸੀ ਵੀਡੀਓ ਵੀ ਬਣਾਈ ਹੋਈ ਆ ਹਾਂਜੀ ਅਸੀਂ ਗਏ ਸਮਰਾਲੇ ਗਏ ਸੀ ਇੱਕ ਤਾਂ 3 ਸਪੀਡ ਚ ਆਉਂਦਾ ਉਹ ਉਹਦੀ ਇਹ ਫਾਇਦਾ ਇੱਕ ਤੇਲ ਘੱਟ ਖਾਂਦਾ ਹਾਂਜੀ ਹਾਂਜੀ ਜਿਵੇਂ ਜੋਨ
बजुर्ग होंगे जो पहले अदरवाइज नवे मुंडे जो खेती करते हैं सारे समझ आ भी मित्र कीड़े ने सारा नुकसान होंगे ਕਿਸੇ ਬੰਦੇ ਹੋਰ ਵੀਰ ਨੇ ਗਾਹ ਨੂੰ ਕਰਨਾ ਪਵੇ ਕਿਉਂਕਿ ਇਸ ਵਾਰ ਤਾਂ ਪੂਰਾ ਹੋਣਾ ਨਹੀਂ ਚਾਰ ਪੰਜ ਸਾਲ ਲੱਗਣਗੇ ਹਜੇ ਇਹਨੂੰ ਤੁਸੀਂ ਇਹ ਲਾ ਲਓ ਵੀ ਜੇ ਇੱਕ ਪਿੰਡ ਦੇ ਵਿੱਚ ਇੱਕ ਮਸ਼ੀਨ ਆਉਂਦੀ ਆ ਤਾਂ ਜਾ ਕੇ ਕਿਤੇ ਮੰਨ ਲਓ ਕਵਰ ਹੋਊਗਾ
ਕਿੰਨੇ ਕੁ ਰੁਪਿਆਂ ਦੀ ਲੋੜ ਹੈ, ਕਿੰਨੇ ਕੁ ਰੁਪਿਆਂ ਨਾਲ ਸਟਾਰਟ ਹੋ ਜਾਊਗਾ? ਜੇ ਤੂੰ ਦੇਖੋ ਇੱਕ ਜਿੱਦਾਂ ਮਤਲਬ ਜਿਹੜਾ ਲੈਣ ਲੱਗਿਆ ਉਹ ਇਕੱਲੇ ਦੀ ਜਗ੍ਹਾ ਦੋ ਹੀ ਲੈਂਦਾ, ਕਿਉਂਕਿ ਮੈਨੇਜਮੈਂਟ ਸਾਰੀ ਕਰਨੀ ਪੈਂਦੀ ਹੈ। ਹਾਂਜੀ ਹਾਂ, ਮੰਨ ਕੇ ਚੱਲੋ ਜੇ ਦੋ ਮਸ਼ੀਨਾਂ ਲੈਣਾ ਤਾਂ ਕਰੋੜ ਰੁਪਏ ਦੇ ਆਸ ਪਾਸ ਉਹਦੇ ਕੋਲ ਪੈਸਾ ਹੋਣਾ ਚਾਹੀਦਾ। ਠੀਕ ਹੈ ਜੀ। ਹਾਂ, ਬਾਕੀ ਐਂ ਜੀ ਕੁਛ ਮੰਨ ਲਓ ਲੋਨ ਲਾਨ ਹੋ ਜਾਂਦੇ ਨੇ, ਚਲੋ ਅਡਜਸਟਮੈਂਟ ਹੋ ਜਾਂਦੀ ਹੈ ਜਿਹੜਾ ਬੰਦਾ ਹਿੰਮਤ ਕਰਨ ਵਾਲਾ। ਹਾਂਜੀ ਹਾਂ, ਕਿਉਂਕਿ ਇਹਦੇ ਵਿੱਚ ਡਰਾਈਵਰਾਂ ਦੀ ਵੀ ਲੋੜ ਪੈਂਦੀ ਹੈ। ਹੁਣ ਮੇਰੇ ਕੋਲ 22 ਡਰਾਈਵਰ ਨੇ। ਸਹੀ ਗੱਲ ਹੈ ਜੀ, 80 ਬੰਦੇ ਲੇਬਰ ਦੇ ਨੇ। ਹਾਂਜੀ ਹਾਂ, ਪ੍ਰੋਜੈਕਟ ਬੜਾ, ਇਹ ਨਹੀਂ ਗੱਲ, ਪਰ ਚਾਹੀਦਾ ਵੀ ਬੜਾ ਹੀ ਹੈ ਜੀ। ਜਦੋਂ ਕੰਮ ਕਰਦੇ ਤਾਂ ਕਰਨ ਵਾਲਾ ਫਿਰ ਬੰਦਾ ਇਹਨੂੰ ਪੈ ਗਏ ਸਾਰਿਆਂ ਦਾ, ਉਹਨੂੰ ਚੰਗੀ ਤਰੀਕੇ ਨਾਲ ਲੈ ਕੇ ਜਾਣਾ ਚਾਹੀਦਾ। ਠੀਕ ਹੈ ਜੀ। ਹਾਂਜੀ, ਤੇ ਵੀਰ ਜੀ ਆਪਣਾ ਇਹ ਜੋ ਮੰਨ ਲਓ ਆਪਣਾ ਹੈਗਾ ਪ੍ਰੋਜੈਕਟ, ਇਹ ਇੱਕ ਇਹਦੇ ਨਾਲ ਮੰਨ ਲਓ ਚਾਰ ਟਰਾਲੀਆਂ ਚਾਹੀਦੀਆਂ ਨੇ। ਹਾਂਜੀ, ਇੱਕ ਬੇਲਰ, ਇੱਕ ਲੈਨਰ ਤੇ ਚਾਰ ਟਰਾਲੀਆਂ, 6 ਟਰੈਕਟਰ, 6 ਟਰੈਕਟਰ ਇੱਕ ਮਸ਼ੀਨ ਵਾਸਤੇ। ਮਤਲਬ ਜਿਹੜਾ ਉਹ ਇੱਕ ਦਿਨ ਦੇ 25 ਤੋਂ 30 ਕਿੱਲੇ ਬਣਦੀ ਆ। ਹਾਂਜੀ ਹਾਂਜੀ, ਜਦੋਂ ਸੀਜ਼ਨ ਚੱਲਦਾ। ਠੀਕ ਹੈ ਜੀ। ਤੇ ਉਹਨੂੰ ਢੋਣ ਵਾਸਤੇ 30 ਬੰਦੇ ਚਾਹੀਦੇ ਨੇ ਇੱਕ ਮਸ਼ੀਨ ਵਾਸਤੇ, ਤੇ 6 ਡਰਾਈਵਰ ਚਾਹੀਦੇ ਨੇ। ਇਹ ਬੇਲਨ ਕਿਹੜੇ ਕੰਪਨੀ ਦੇ ਨੇ ਬਾਈ ਜੀ? ਸਾਡੇ ਕੋਲ ਚਕੋਰੀਆ ਦੇ ਨੇ ਜੀ। ਚਕੋਰੀਆ ਦੇ ਸਾਰਿਆਂ ਨਾਲੋਂ ਬੈਸਟ ਚਕੋਰੀਆ। ਠੀਕ ਹੈ ਜੀ। ਕੋਈ ਹੋਰ ਕਿਸੇ ਚ ਨਾ ਬਸੋ, ਨਾ ਸ਼ਕਤੀਮਾਨ ਚ, ਨਾ ਹੋਲੈਂਡ ਚ, ਨਾ ਫਲਾਣੇ ਚ, ਨਾ ਕਿਸੇ ਹੋਰ ਚ, ਸਿੱਧਾ ਚਕੋਰੀਆ ਲਓ। ਆਪਣੇ ਹੁਸ਼ਿਆਰਪੁਰ ਤੋਂ ਨੇ ਮੁੰਡੇ ਰਾਜੀਵ ਹੋਣੀ, ਉਹਨਾਂ ਕੋਲ ਏਜੰਸੀ ਇਹਨਾਂ ਦੀ, ਉਹ ਜਿੱਥੇ ਵੀ ਕੋਈ ਲੋੜ ਪੈਂਦੀ ਆ, ਚਾਹੇ ਅੱਧੀ ਰਾਤ ਨੂੰ ਫੋਨ ਮਾਰੋ, ਉੱਥੇ ਫੋਰਮੈਨ ਭੇਜਦੇ ਨੇ। ਠੀਕ ਹੈ ਜੀ। ਇਹਦਾ ਕੀ ਪ੍ਰਾਈਸ ਹੈ ਵੀਰ ਜੀ ਇਹਨਾਂ ਦਾ? ਇਹਨਾਂ ਦਾ 19,65,000 ਰੁਪਿਆ ਮਸ਼ੀਨ ਦਾ ਰੇਟ ਆ ਜੀ, ਵਿੱਚੇ ਲਾਈਨਰ ਦਾ, ਵਿੱਚੇ ਵੇਚਣ ਦਾ। ਹਾਂਜੀ ਹਾਂਜੀ, ਠੀਕ ਹੈ ਜੀ, ਠੀਕ ਹੈ। 19,65,000 ਰੁਪਿਆ ਤੇ 7,5-7,00,000 ਰੁਪਿਆ ਸਬਸਿਡੀ ਹੈ ਜੀ ਇਹਦੇ। ਇਹ ਕਿੰਨੇ ਕਿੱਲੇ ਬੰਨ ਦਿੰਦਾ ਬਾਈ ਆਪਣੇ? ਇਹ 30 ਕਿੱਲੇ ਇੱਕ ਦਿਨ ਦੇ ਬੰਨ ਦਿੰਦਾ ਜੀ, ਤਾਂ ਕਾਫੀ ਬੰਨ ਦਿੰਦਾ। ਹਾਂਜੀ ਹਾਂ, ਜਿਹੜੇ ਆਮ ਹੋਰ ਨੇ ਉਹਨਾਂ ਦੀ ਰਿਪੇਅਰ ਬਹੁਤ ਆ। ਹਾਂਜੀ ਹਾਂ, ਇਹਨਾਂ ਦੀ ਰਿਪੇਅਰ ਕੋਈ ਨਹੀਂ। ਅਸੀਂ ਦੇਖਿਆ ਬੱਚੇ ਜਿਹੜੇ ਸ਼ਕਤੀਮਾਨ ਦੇ ਉਹ ਖੜੀ ਰਹਿੰਦੇ ਆ, ਮੰਨ ਲਾ। ਨਹੀਂ ਉਹ ਇੱਕ ਤਾਂ ਦੋ ਮਿਸਤਰੀਆਂ ਦੇ, ਇਹ ਜਿਹੜੀ ਨਵੇਂ ਜਿਵੇਂ ਚਕੋਰੀਆ ਮਸ਼ੀਨ ਆ, 3 ਸਾਲ ਇਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਜਿਹੜੇ ਜਿਵੇਂ ਸ਼ਕਤੀਮਾਨ ਹੋ ਗਿਆ, ਹੋਲੈਂਡ, ਉਹ ਸੀਜ਼ਨ ਦੇ ਵਿੱਚ ਰਿਪੇਅਰ ਕੱਢਣ ਲੱਗ ਜਾਂਦੇ, ਫਿਰ ਪੈਸੇ ਬਹੁਤ ਲਵਾਉਂਦੇ ਨੇ। ਅਸੀਂ ਆਪਣੇ ਹੁੰਦਾ ਦੀ ਇੱਕ ਬਾਈ ਕੋਲ ਨਾਨਕੇ, ਉਹ ਖੜੇ ਰਹਿਣ ਦੀ ਉੱਥੇ, ਪਤਾ ਨਹੀਂ ਕਿਹੜੀ ਕੰਪਨੀ ਦਾ ਜੀ, ਬਹੁਤ ਪੁਰਾਣੇ ਨੇ ਜੀ। ਹਾਂਜੀ ਹਾਂਜੀ, ਉਹ ਨਹੀਂ ਚੱਲਣੇ। ਠੀਕ ਆ, ਇਹ ਚੱਲਣਗੇ ਹੀ ਚਕੋਰੀਆ ਦੇ, ਕਿਉਂਕਿ ਇਟਲੀ ਦੀ ਮੇਡ ਇਨ ਇਟਲੀ ਹੈ। ਠੀਕ ਹੈ, ਸਾਰਿਆਂ ਨਾਲੋਂ ਵਧੀਆ ਬ੍ਰਾਂਡ। ਹਾਂਜੀ, ਕਿਸਾਨ ਭਰਾਵੋ, ਦੇਖ ਲਿਆ ਤੁਸੀਂ ਬੇਲਣ, ਤੇ ਉਹ ਬੇਲਣ ਦੀ ਵੀ ਤੁਹਾਨੂੰ ਵਿੱਚ ਕਲਿੱਪ ਆਪਾਂ ਐਡ ਕਰ ਦਾਂਗੇ ਬਾਈ ਜੀ, ਉਹਨਾਂ ਦਾ ਉਧਰ ਚੱਲਦਾ, ਉਹ ਸਾਈਡ ਤੇ ਬਣਾ ਰਿਹਾ ਇਕੱਠਾ, ਤੇ ਆਪਾਂ ਤੁਹਾਨੂੰ ਕਰ ਦਾਂਗੇ। ਤੇ ਹਾਂਜੀ ਬਾਈ ਜੀ, ਕੋਈ ਕਿਸਾਨ ਭਰਾਵਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ? ਬਸ ਕਿਸਾਨ ਭਰਾਵਾਂ ਨੂੰ ਇਹ ਕਹਿੰਦੇ ਆ ਵੀ ਸਾਡਾ ਸਾਥ ਦਿਓ, 3-5 ਦਿਨ ਦਿਓ ਸਾਨੂੰ। ਜਿੱਦਣ ਤੋਂ ਤੁਸੀਂ ਕਟਰ ਮਾਰਤਾ, ਉਦੋਂ ਤੋਂ 5 ਦਿਨ ਸਾਨੂੰ ਦੇ ਦਿਓ। 5 ਦਿਨ ਦੇ ਵਿੱਚ ਵਿੱਚ ਤੁਹਾਡਾ ਖੱਤਾ ਖਾਲੀ ਹੋਊਗਾ, ਤੁਹਾਨੂੰ ਮੰਨ ਲਓ ਇੱਕ ਜਿਵੇਂ ਕਹਿ ਲਓ ਵੀ ਰੜਕਾ ਮਾਰਿਆ ਹੁੰਦਾ, ਐਂ ਕਰਕੇ ਦਿੰਦੇ ਖੇਤ। ਠੀਕ ਹੈ ਜੀ। ਜਿਹੜੀ ਤੁਸੀਂ ਅੱਗ ਲਾਉਂਦੇ ਹੋ ਉਹਦੇ ਵਿੱਚ ਵੀ ਨੁਕਸਾਨ ਬਹੁਤ ਆ। ਹਾਂਜੀ ਹਾਂਜੀ, ਤੁਸੀਂ ਮੰਨ ਲਓ ਮਿੱਤਰ ਕੀੜੇ ਸਾਰੇ ਮਾਰ ਲੈਂਦੇ ਹੋ। ਠੀਕ ਹੈ ਜੀ। ਆਹ ਦੇਖ ਲਓ ਜਿਹੜਾ ਮੰਨ ਲਓ ਪਿੱਛੇ ਸਾਫ਼ ਕਰਿਆ ਹੋਇਆ, ਜਿੰਨਾ ਇੱਕ ਜਿਹੜਾ ਤੁਸੀਂ ਕਟਰ ਮਾਰਦੇ ਹੋ, 6 ਕਿੱਲਿਆਂ ਬਾਅਦ ਤੁਸੀਂ ਗੰਡਾਸੇ ਚੇਂਜ ਕਰ ਦਿਓ। ਠੀਕ ਹੈ ਜੀ। ਐਂ ਬਿਲਕੁਲ ਜਿਹੜਾ ਹੋਣਾ ਮਾਰਿਆ ਹੋਇਆ, ਜਿੱਥੇ ਦਾ ਮੰਨ ਲਓ ਜਿਹੜਾ ਵੱਢਿਆ ਹੋਇਆ ਦਾਣਾ ਕੋਈ ਨਹੀਂ ਰੱਖੂਗਾ। ਚਕੋਰੀਆ ਦਾ 11 ਡੰਡੇ ਵਾਲਾ ਜਿਹੜਾ ਸ਼ਕਤੀਮਾਨ ਆ, ਹੋਲੈਂਡ ਆ ਉਹਦਾ 9 ਹੁੰਦਾ। ਠੀਕ ਹੈ, ਇਹਦਾ 11 ਡੰਡੇ ਵਾਲਾ, 3-3 ਟਾਈਨਾਂ ਪਈਆਂ ਨੇ, ਪੂਰਾ ਵਧੀਆ, ਨਾਲੇ ਬਹੁਤ ਜਗ੍ਹਾ ਲੈ ਕੇ ਜਾਂਦਾ। ਸਫਾਈ ਬਹੁਤ ਆ ਬਾਈ, ਜਿਵੇਂ ਦੇਖਿਆ ਜਾਵੇ ਆਪਾਂ, ਐਨ ਸੁੰਭਰਿਆ ਪਿਆ, ਜਿਵੇਂ ਮੰਡੀ ਨੀ ਸਾਫ਼ ਕਰੀ ਪਈ ਹੁੰਦੀ। ਹਾਂਜੀ ਹਾਂਜੀ, ਅਲੇਦਾਰਾਂ ਦੀ ਉਦਾਂ ਕਰਿਆ ਪਿਆ। ਤੇ ਹਾਂਜੀ, ਦੇਖ ਲਿਆ ਕਿਸਾਨ ਭਰਾਓ ਤੁਸੀਂ? ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਜਾਣਕਾਰੀ ਦੇ। ਜੇ ਕਿਸੇ ਨੇ ਬਣਾਉਣੀ ਵੀ ਹੋਈ ਤਾਂ ਸਾਡਾ ਨੰਬਰ ਲਿਖ ਲਓ। ਹਾਂਜੀ, ਸਾਡਾ ਪਿੰਡ ਲੂਣਾ ਮਿਆਨਾ। ਠੀਕ ਆ ਜੀ। ਇੱਕ ਅਸੀਂ ਮਕਸੂਦੜ ਚਲਾਉਂਦੇ, ਲੂਣਾ ਮਿਆਨੇ ਪਿੰਡ ਚੱਲਦੀ ਆ, ਮੇਰਾ ਨਾਮ ਪਿੰਦੀ ਆ। ਠੀਕ ਆ ਜੀ। 8861-3638-48,000। ਠੀਕ ਆ ਜੀ। ਹਾਂਜੀ ਬਾਈ, ਕਿਸਾਨ ਭਰਾਓ, ਆਪਾਂ ਇਹਨਾਂ ਦਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਵਾਂਗੇ, ਜੇ ਕਿਸੇ ਮੇਰੇ ਵੀਰ ਨੇ ਬਣਾਉਣੀ ਹੋਵੇ, ਤੇ ਆਪਾਂ ਉੱਪਰ ਵੀ ਪਾ ਦੇਵਾਂਗੇ, ਸਕਰੀਨ ਤੇ ਵੀ ਪਾ ਦੇਵਾਂਗੇ। ਹਾਂਜੀ ਬਾਈ, ਜੇ ਕਿਸੇ ਕਿਸਾਨ ਭਰਾਈ ਦਾ ਫੋਨ ਆਇਆ, ਕਿਸੇ ਨੇ ਨਵਾਂ ਲੈਣਾ ਆਇਆ, ਉਹਨਾਂ ਨਾਲ ਗੱਲ ਕਰ ਲਿਓ, ਪਲੀਜ਼ ਤੁਹਾਡਾ ਨੰਬਰ ਉੱਪਰ ਪਾ ਦੇਵਾਂਗੇ ਜੀ, ਦਵਾ ਦਾਂਗੇ। ਤੇ ਹਾਂਜੀ ਬਾਈ ਜੀ, ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ? ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਦੱਬ ਕੇ ਸ਼ੇਅਰ ਸਬਸਕ੍ਰਾਈਬ ਕਰ ਦਿਓ, ਤਾਂ ਕਿ ਹੋਰ ਵੀ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ। ਤੇ ਹੁਣ ਦਿਓ ਸਾਨੂੰ ਇਜਾਜ਼ਤ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।